ਸਤਿ ਸ਼੍ਰੀ ਅਕਾਲ ਸੇਖੋਂ ਸਾਹਿਬ, ਟੀਵੀ ਪੰਜਾਬ ਤੇ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਖੋਂ ਸਾਹਿਬ, ਸਭ ਤੋਂ ਪਹਿਲਾ ਸਵਾਲ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਜਿਹੜੀ ਪਾਰਟੀ ਤੁਸੀਂ ਪਿਛਲੇ ਸਾਲ ਆਪ ਬਣਾਈ, ਆਪ ਅੱਗੇ ਹੋ ਕੇ ਤੁਸੀਂ ਕੰਮ ਕੀਤੇ, ਅਜਿਹੇ ਕੀ ਹਾਲਾਤ ਬਣ ਗਏ ਕਿ ਤੁਹਾਨੂੰ ਉਹ ਪਾਰਟੀ ਛੱਡ ਕੇ ਹੁਣ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਨਾਲ ਸ਼ਾਮਿਲ ਹੋਣਾ ਪੈ ਰਿਹਾ? ਬੇਨਤੀ ਏਦਾਂ ਵੀ ਜਿਹੜੀ ਦਸੰਬਰ 18 ਚ ਪਾਰਟੀ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਜੀ ਉਹਦਾ ਪ੍ਰਧਾਨ ਸੀ ਸਰਦਾਰ ਰਣਜੀਤ ਸਿੰਘ ਜੀ, ਬ੍ਰਹਮਪੁਰਾ ਸਾਹਿਬ ਨੂੰ ਬਣਾਇਆ ਸੀ। ਜੀ ਲੇਕਿਨ ਮੈਂ ਸਮਝਦਾ ਬਦਕਿਸਮਤੀ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਜੀ ਉਹ ਖਰਾਬ ਹੋ ਗਈ, ਜੀ ਪਰ ਸਿਹਤ ਜ਼ਿਆਦਾ ਖਰਾਬ ਹੋ ਗਈ। ਕਈ ਮਹੀਨੇ PGI ਪਹਿਲਾਂ ਵੀ ਦਾਖਲ ਰਹੇ, ਹੁਣ ਵੀ ਦਾਖਲ ਨੇ। ਜੀ ਤੇ ਉਹ ਫਿਰ ਜੋ ਅਸੀਂ ਪ੍ਰੋਗਰਾਮ ਲੈ ਕੇ ਚੱਲੇ ਸਾਂ, ਜੀ ਸ਼੍ਰੀ ਅਰਦਾਸ ਕੀਤੀ ਸੀ ਕਿ ਜਿਹੜੀਆਂ 3 ਸਿੱਖ ਸੰਸਥਾਵਾਂ ਨੇ, ਜੀ ਸ਼੍ਰੀ ਅਕਾਲ ਤਖਤ ਸਾਹਿਬ, ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਜੀ ਇਹਨੂੰ ਜਿਹੜੀ ਬਾਦਲਾਂ ਦੀ ਲੀਡਰਸ਼ਿਪ ਆ ਉਹਨਾਂ ਨੇ ਬਰਬਾਦ ਕਰ ਦਿੱਤਾ। ਜੀ ਤੇ ਅਸੀਂ ਅਰਦਾਸ ਕਰਕੇ ਚੱਲੇ ਸਾਂ ਕਿ ਅਸੀਂ ਉਹਨਾਂ ਦੀ ਸ਼ਾਨ ਜਿਹੜੀ ਆ ਨਾ ਉਹ ਪੁਰਾਣੀ ਸ਼ਾਨ ਬਹਾਲ ਕਰਨੀ ਆ। ਇਹ ਗੱਲ ਅਸੀਂ ਲੈ ਕੇ ਲੋਕਾਂ ਚ ਜਾਣਾ ਸੀ, ਲੇਕਿਨ ਬ੍ਰਹਮਪੁਰਾ ਸਾਹਿਬ ਦੀ ਸਿਹਤ ਨਾ ਠੀਕ ਹੋਣ ਕਰਕੇ ਜੀ ਉਹ ਗੱਲ ਅਸੀਂ ਲੋਕਾਂ ਚ ਜਾ ਨਹੀਂ ਸਕੇ। ਜੀ ਤੇ ਲੋਕਾਂ ਨੇ ਵੀ ਜਿਹੜੀ ਬ੍ਰਹਮਪੁਰਾ ਸਾਹਿਬ ਦੀ ਲੀਡਰਸ਼ਿਪ ਸੀ ਉਹਨੂੰ ਬਹੁਤਾ ਪ੍ਰਵਾਨ ਨਹੀਂ ਕੀਤਾ, ਜੀ ਉਹ ਇਹ ਕਾਰਨ ਸੀ। ਫਿਰ ਅਸੀਂ ਇਹ ਸੋਚਿਆ ਕਿ ਜੇ ਹੁਣ ਬ੍ਰਹਮਪੁਰਾ ਸਾਹਿਬ ਦੀ ਲੀਡਰਸ਼ਿਪ ਲੋਕ ਪ੍ਰਵਾਨ ਨਹੀਂ ਕਰਦੇ ਜੀ ਤੇ ਫਿਰ ਜਿਹੜੇ ਹੋਰ ਪੰਥਕ ਧਿਰਾਂ ਨੇ ਉਹਨਾਂ ਨੂੰ ਵੀ ਇਸ ਕਾਫਲੇ ਚ ਸ਼ਾਮਿਲ ਕੀਤਾ ਜਾਵੇ। ਜੀ ਫਿਰ ਅਸੀਂ ਪਿਛਲੇ ਸਾਲ ਦਸੰਬਰ ਚ ਜੀ 99 ਸਾਲ ਦਾ ਸਥਾਪਨਾ ਦਿਵਸ ਜਿਹੜਾ ਆ ਜੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਮਨਾਇਆ, ਜੀ ਜਿਹਦੇ ਵਿਚ ਅਸੀਂ ਸਾਰੀਆਂ ਜਿਹੜੀਆਂ ਪੰਥਕ ਧਿਰਾਂ ਸੀ ਉਹਨਾਂ ਨੂੰ ਅਸੀਂ ਬੁਲਾਇਆ, ਜਿਹਦੇ ਚ ਢੀਂਡਸਾ ਸਾਹਿਬ, ਬ੍ਰਹਮਪੁਰਾ ਸਾਹਿਬ, ਸਰਦਾਰ ਰਵੀ ਇੰਦਰ ਸਿੰਘ, ਰਾਮੂ ਵਾਲੀਆ ਜੀ, ਆਪਣੇ ਸਰਨਾ ਸਾਹਿਬ, GK ਸਾਹਿਬ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਉਹਦੇ ਚ ਸ਼ਾਮਿਲ ਹੋਈਆਂ। ਜੀ ਅਸੀਂ ਉਸ ਪੰਥਕ ਏਕਤਾ ਨੂੰ ਬਣਾਈ ਰੱਖਣ ਲਈ ਅੱਗੇ ਵਧਾਉਣ ਵਾਸਤੇ ਮੁੜ ਕੇ ਦਿੱਲੀ ਇੱਕ ਕਾਨਫਰੰਸ ਕੀਤੀ, ਉਹਦੇ ਵਿਚ ਵੀ ਇਹ ਸਾਰੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ। ਫਿਰ ਅਸੀਂ ਬ੍ਰਹਮਪੁਰਾ ਸਾਹਿਬ ਦੇ ਹਲਕੇ ਚ ਕੀਤੀ, ਫਿਰ ਸੰਗਰੂਰ ਕੀਤੀ। ਜੀ ਉਹਦਾ ਸਾਡਾ ਮਕਸਦ ਇਹ ਸੀ ਕਿ ਜਿਹੜਾ ਅਸੀਂ ਪ੍ਰੋਗਰਾਮ ਲੈ ਕੇ ਚੱਲੇ ਆ ਇਹ ਸਾਰੇ ਇਕੱਠੇ ਹੋ ਕੇ ਉਹ ਪ੍ਰੋਗਰਾਮ ਜਿਹੜਾ ਉਹਨੂੰ ਸਿਰੇ ਲਾਉਣਾ ਆ। ਜੀ ਹੁਣ ਅਸੀਂ ਬ੍ਰਹਮਪੁਰਾ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਹਾਡੀ ਸਿਹਤ ਠੀਕ ਨਹੀਂ ਜੀ ਤੇ ਤੁਹਾਡੀ ਆ ਗਈ, ਤੁਸੀਂ ਪੰਜਾਬ ਵਿਚ ਜਾ ਨਹੀਂ ਸਕਦੇ ਜੀ, ਤੇ ਆਪਾਂ ਇਹ ਕਰ ਲਈਏ ਕਿ ਅਸੀਂ ਕਿਸੇ ਹੋਰ ਨੂੰ ਲਿਖਾ ਕੇ ਤੁਰ ਪਈਏ ਜੀ, ਤੁਰ ਕੇ ਤੇ ਇਹ ਆਪਣੇ ਜਿਹੜੀ ਅਰਦਾਸ ਉਹਨੂੰ ਪੂਰੀ ਕਰ ਲਈਏ ਜੀ। ਅਸੀਂ ਸਾਡੀ ਪਾਰਟੀ ਦੀ 5 ਮੈਂਬਰੀ ਕੋਰ ਕਮੇਟੀ ਜੀ, ਉਹਦੇ ਵਿਚ ਅਸਾਂ ਸਾਰਿਆਂ ਨੇ ਉਹਨਾਂ ਨੂੰ ਬ੍ਰਹਮਪੁਰਾ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜੀ ਵੀ ਤੁਸੀਂ ਸਟੈਪ ਡਾਊਨ ਕਰ ਜਾਓ ਜੀ ਤੇ ਢੀਂਡਸਾ ਸਾਹਿਬ ਨੂੰ ਆਪਾਂ ਗਾਡੀ ਲਾ ਲਈਏ ਜੀ ਤੇ ਇਹ ਇਹ ਜਿਹੜਾ ਕੰਮ ਆ ਉਹ ਐਕਟਿਵਲੀ ਚੱਲ ਪਊਗਾ ਜੀ। ਈਵਨ ਇੱਥੋਂ ਤੱਕ ਅਸੀਂ ਕਹਿ ਦਿੱਤਾ ਉਹਨਾਂ ਨੂੰ ਵੀ ਜੇ ਤੁਸੀਂ ਸਾਡੇ ਸਾਰਿਆਂ ਦੀ ਬੇਨਤੀ ਪ੍ਰਵਾਨ ਨਹੀਂ ਕਰਦੇ ਤੇ ਫਿਰ ਅਸੀਂ ਅਰਦਾਸ ਪੂਰੀ ਕਰਨੀ ਆ, ਉਹਦੇ ਕਰਕੇ ਅਸੀਂ ਫਿਰ ਢੀਂਡਸਾ ਸਾਹਿਬ ਨੂੰ ਆਪਣਾ ਲੀਡਰ ਮੰਨ ਲੈਣਾ ਆ, ਅਸੀਂ ਕਹਿ ਕੇ ਆਏ ਆ ਉਹਨਾਂ ਨੂੰ। ਉਹ ਫਿਰ ਸਾਡੀ ਉਹਨਾਂ ਨੇ ਇਹ ਗੱਲ ਤੇ ਮੰਨ ਲਈ ਕਿ ਠੀਕ ਆ ਮੈਂ ਢੀਂਡਸਾ ਸਾਹਿਬ ਨੂੰ ਪ੍ਰਧਾਨ ਮੰਨ ਲੈਣਾ ਜੀ, ਲੇਕਿਨ ਜਦੋਂ ਕਿਸੇ ਦਾ ਮਨ ਨਾ ਕਰਦਾ ਹੋਵੇ ਕੋਈ ਗੱਲ ਕਰਨ ਨੂੰ ਫਿਰ ਕੋਈ ਨਾ ਕੋਈ ਬਹਾਨਾ ਬਣਾ ਲਈਦਾ ਵਾ ਵੀ ਆਹ ਬਹਾਨਾ ਵਾ ਜਿਹਦੀ ਵਜ੍ਹਾ ਕਰਕੇ ਅਸੀਂ ਇਹ ਗੱਲ ਨਹੀਂ ਕਰਨੀ। ਇਹ ਕਹਿ ਦਿੱਤਾ ਵੀ ਨਹੀਂ ਮੈਂ ਆਪਣੇ ਅਕਾਲੀ ਦਲ ਟਕਸਾਲੀ ਭੰਗ ਨਹੀਂ ਕਰਨਾ, ਮੈਂ ਪ੍ਰਧਾਨ ਉਹਨੂੰ ਮੰਨ ਲੈਣਾ, ਉਹ ਇਹਦਾ ਹੀ ਪ੍ਰਧਾਨ ਬਣ ਜਾ। ਢੀਂਡਸਾ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਵੀ ਚਲੋ ਤੁਸੀਂ ਪ੍ਰਧਾਨ ਬਣ ਜਾਓ, ਉਹ ਕਹਿਣ ਲੱਗੇ ਵੀ ਜਿਹੜੇ ਮੇਰੇ ਸਾਥੀ ਆਏ ਆ ਜੀ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਉਹ ਪਾਰਟੀ ਦਾ ਨਾਂ ਉਹਨਾਂ ਨੂੰ ਸਵੀਕਾਰ ਨਹੀਂ ਜੀ। ਤੇ ਅਸੀਂ ਫਿਰ ਇਹ ਇਹਨਾਂ ਦੋਵਾਂ ਲੀਡਰਾਂ ਨੂੰ ਮੈਂ ਬੇਨਤੀ ਕੀਤੀ, ਮੈਂ ਲੈ ਕੇ ਗਿਆ ਢੀਂਡਸਾ ਸਾਹਿਬ ਨੂੰ ਜੀ ਬ੍ਰਹਮਪੁਰਾ ਸਾਹਿਬ ਦੇ ਘਰ ਜੀ, ਉੱਥੇ ਮੈਂ ਉਹ ਹੱਥ ਜੋੜ ਕੇ ਬੇਨਤੀ ਕੀਤੀ ਵੀ ਤੁਸੀਂ ਅਸੀਂ ਬੜੇ ਵੱਡੇ ਹਿੱਤ ਨੇ ਜਿਹੜੇ ਲੈ ਕੇ ਤੁਰੇ ਆ
ਉਹ ਬਹੁਤ ਵੱਡੀਆਂ ਗੱਲਾਂ ਨੇ, ਜੀ ਉਹਨਾਂ ਸੰਸਥਾਵਾਂ ਦੀ ਮਾਨ ਮਰਿਆਦਾ ਬਹਾਲ ਕਰਨੀ ਆ। ਜੀ ਇਹ ਜਿਹੜਾ ਨਾਮ ਆ ਇਹ ਬੜੀ ਛੋਟੀ ਗੱਲ ਆ, ਜੀ ਇਹ ਤੁਸੀਂ ਦੋਵੇਂ ਭਰਾ ਬਹਿ ਕੇ ਹੱਲ ਕਰ ਲਿਓ, ਕੋਈ ਨਵਾਂ ਨਾਂ ਰੱਖ ਲਿਓ, ਸ਼੍ਰੋਮਣੀ ਅਕਾਲੀ ਦਲ ਹੋਣਾ ਚਾਹੀਦਾ ਆ ਜੀ ਤੇ ਕੋਈ ਰੱਖ ਲਓ, ਤੇ ਤੁਸੀਂ ਇੰਨੀ ਕੁ ਗੱਲ ਤੋਂ ਗੱਲ ਨਾ ਤੋੜੋ। ਉਹਦੇ ਵਾਸਤੇ ਆਪਣੇ ਢੀਂਡਸਾ ਸਾਹਿਬ ਨੇ ਵੀ ਕਹਿਤਾ ਵੀ ਠੀਕ ਆ, ਮੈਂ ਵੀ ਆਪਣੇ ਬੰਦਿਆਂ ਨਾਲ ਸਲਾਹ ਕਰ ਲਾਂਗਾ। ਫੇਰ ਉਹ ਸਲਾਹ ਕਰਕੇ ਬੰਦਿਆਂ ਨਾਲ ਤੇ ਫੇਰ ਬ੍ਰਹਮਪੁਰਾ ਸਾਹਿਬ ਕੋਲ ਆਪਣੇ ਹਸਪਤਾਲ ਗਏ ਨੇ ਤੇ ਪੀ ਜੀ ਆਈ, ਉਹਨਾਂ ਨੂੰ ਬੇਨਤੀ ਕੀਤੀ ਆ ਕਿ ਮੈਂ 7 ਤਰੀਕ ਨੂੰ ਉੱਥੇ ਇਕੱਠ ਕੀਤਾ ਵਾ, ਪੰਥਕ ਇਕੱਠ ਕੀਤਾ ਆ ਜੀ, ਤੇ ਤੁਸੀਂ ਉਹਦੇ ਵਿੱਚ ਸ਼ਾਮਲ ਹੋ। ਬ੍ਰਹਮਪੁਰਾ ਸਾਹਿਬ ਕਹਿੰਦੇ ਵੀ ਸੇਖਵਾਂ ਸਾਹਿਬ ਹੁਣਾਂ ਨੇ ਮੇਰੇ ਨਾਲ ਕੋਈ ਵੀ ਅਜਿਹੀ ਸਲਾਹ ਨਹੀਂ ਕੀਤੀ ਕਿ ਉਹ ਢੀਂਡਸਾ ਸਾਹਿਬ ਹੁਣਾਂ ਦੇ ਨਾਲ ਸ਼ਾਮਲ ਹੋ ਰਹੇ ਨੇ, ਇਹ ਗੱਲ ਸੱਚ ਹੈ? ਮੈਂ ਜਿਹੜੀ ਗੱਲ ਤੁਹਾਨੂੰ ਕਹੀ ਆ ਜੀ ਕਿ ਮੈਂ ਇਕੱਲੇ ਨੇ ਨਹੀਂ, ਜੀ ਅਸੀਂ 5 ਆਪਣੇ ਮੈਂਬਰਾਂ ਕੋਰ ਕਮੇਟੀ ਦੇ, ਜਿਹਨਾਂ ਚ 5ਵੇਂ ਆਪਣੇ ਬ੍ਰਹਮਪੁਰਾ ਸਾਹਿਬ ਨੇ, 4 ਅਸੀਂ ਹੋਰ ਆ, ਮੈਂ ਜੀ ਵੀਰ ਦਵਿੰਦਰ ਜੀ, ਜੀ ਜਸਦਾਰ ਉਜਾਗਰ ਸਿੰਘ ਬਡਾਲੀ ਤੇ ਬੱਬੀ ਬਾਦਲ, ਜੀ ਅਸੀਂ 4 ਜਣਿਆਂ ਨੇ ਉਹਨਾਂ ਨੂੰ ਕਹਿਤਾ ਵੀ ਜੇ ਤੁਸੀਂ ਸਾਡੀ ਬੇਨਤੀ ਸਵੀਕਾਰ ਨਹੀਂ ਕਰਦੇ, ਜੀ ਤੁਸੀਂ ਪੰਥਕ ਏਕਤਾ ਨਹੀਂ ਕਰਦੇ, ਜੀ ਫੇਰ ਅਸੀਂ ਸਮਝਦੇ ਹਾਂ ਵੀ ਤੁਹਾਡੇ ਕੋਲ ਅਗਵਾਈ ਨਹੀਂ ਦੇ ਹੋਣੀ, ਤੁਹਾਡੀ ਮਜਬੂਰੀ ਆ, ਤੁਹਾਡੀ ਸਿਹਤ ਠੀਕ ਨਹੀਂ, ਫੇਰ ਅਸੀਂ ਢੀਂਡਸਾ ਸਾਹਿਬ ਨੂੰ ਆਪਣਾ ਲੀਡਰ ਮੰਨ ਕੇ ਚੱਲਣਾ, ਤੁਸੀਂ ਸਾਡੇ ਤੇ ਗਿਲਾ ਨਾ ਕਰਿਓ, ਇਹ ਗੱਲ ਕਹਿ ਕੇ ਆਏ ਜੀ। ਢੀਂਡਸਾ ਸਾਹਿਬ ਨੂੰ ਤਾਂ ਪ੍ਰੋਬਲਮ ਸੀ ਕਹਿੰਦੇ ਟਕਸਾਲੀ ਸ਼ਬਦ ਤੋਂ, ਵੀ ਉਹ ਕਹਿੰਦੇ ਸੀ ਸ਼ਬਦ ਬਦਲੀਏ, ਪਰ ਤੁਸੀਂ ਤਾਂ ਟਕਸਾਲੀ ਸ਼ਬਦ ਆਪ ਹੀ ਰੱਖਿਆ ਸੀ, ਆਪ ਹੀ ਪਾਰਟੀ ਦਾ ਨਾਮ ਡਿਸਾਈਡ ਕੀਤਾ ਸੀ, ਕੀ ਤੁਸੀਂ ਨੀ ਉਹਨਾਂ ਨੂੰ ਕਿਹਾ ਵੀ ਇਸੇ ਪਾਰਟੀ ਦੇ ਵਿੱਚ ਹੀ ਆ ਜਾਓ, ਇਹੋ ਪਾਰਟੀ ਆਪਾਂ ਅੱਗੇ ਤੋਰ ਦਿੰਦੇ ਹਾਂ, ਜੇਕਰ ਪੰਜਾਬ ਦੀ ਭਲਾਈ ਦੇ ਹੀ ਕੰਮ ਕਰਨੇ ਨੇ ਤਾਂ ਨਾਮ ਦੇ ਵਿੱਚ ਕੀ ਰੱਖਿਆ? ਇਹ ਗੱਲ ਹੋਈ ਸੀ ਜੀ, ਇਹ ਗੱਲ ਹੋਈ ਸੀ, ਢੀਂਡਸਾ ਸਾਹਿਬ ਨੂੰ ਵੀ ਬੇਨਤੀ ਕੀਤੀ ਜੀ ਕਿ ਚਲੋ ਜੇ ਇਹ ਜੇਦ ਕਰਦੇ ਨੇ ਜੀ ਕਿ ਤੁਸੀਂ ਨਾਂ ਜਿਹੜਾ ਰੱਖਣਾ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਰੱਖ ਲਓ ਜੀ, ਲੇਕਿਨ ਜਿਹੜੇ ਢੀਂਡਸਾ ਸਾਹਿਬ ਦੇ ਸਾਥੀ ਸੀ ਜੀ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਜੀ, ਫਿਰ ਅਸੀਂ ਇਹ ਕਿਹਾ ਵੀ ਤੁਸੀਂ ਟਕਸਾਲੀ ਵੀ ਛੱਡ ਦਿਓ, ਜਿਹੜਾ ਉਹ ਕਹਿੰਦੇ ਸੀ ਅਸੀਂ ਕਿਹਾ ਉਹ ਵੀ ਛੱਡ ਦਿਓ, ਉਹ ਪੰਥਕ ਦਲ ਕਹਿੰਦੇ ਸੀ ਜੀ, ਅਸੀਂ ਕਿਹਾ ਵੀ ਤੁਸੀਂ ਕੱਲਾ ਸ਼੍ਰੋਮਣੀ ਅਕਾਲੀ ਦਲ ਰੱਖ ਲਓ ਜੀ, ਕਿਉਂਕਿ ਜਦੋਂ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਬਣਾਇਆ, ਟਕਸਾਲੀ ਬਣਾਇਆ ਆ ਜੀ, ਕਾਕਾ ਜੀ ਤੈਨੂੰ ਖੱਬੇ ਇੱਥੋਂ ਮੋੜ ਇੱਥੋਂ ਯੂ ਲੈ, ਤੇ ਅਸੀਂ ਉਦੋਂ ਵੀ ਜਿਹੜਾ ਨਾਂ ਰੱਖਿਆ ਸੀ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਸੀ ਜੀ, ਉਹ ਟਕਸਾਲੀ ਬਾਅਦ ਵਿੱਚ ਸਾਨੂੰ ਤਾਂ ਲਾਉਣਾ ਪਿਆ ਕਿ ਜਦੋਂ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਗਏ ਆ ਪਾਰਟੀ ਦੀ ਜੀ, ਉਹ ਕਹਿਣ ਲੱਗੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਨਾਵਾਂ ਤੇ ਬਹੁਤ ਰਜਿਸਟ੍ਰੇਸ਼ਨ ਹੋਈ ਆ ਜੀ, ਤੁਹਾਨੂੰ ਉਹਦੇ ਆਈਡੈਂਟੀਫਿਕੇਸ਼ਨ ਵਾਸਤੇ ਕੋਈ ਨਾ ਕੋਈ ਨਾਲ ਨਾਂ ਲਾਉਣਾ ਪਊਗਾ ਜੀ, ਅਸੀਂ ਜਿਹੜੀ ਅਰਦਾਸ ਕੀਤੀ ਅਕਾਲ ਤਖ਼ਤ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਆ ਜੀ, ਇਹ ਫਿਰ ਜਦੋਂ ਦਿੱਲੀ ਅਸੀਂ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਗਏ ਆ ਤੇ ਫਿਰ ਸਾਨੂੰ ਨਾਲ ਟਕਸਾਲੀ ਲਾਉਣਾ ਪਿਆ ਜੀ, ਕਿਉਂਕਿ ਸਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਹੁੰਦੀ ਜਿੰਨਾ ਚਿਰ ਅਸੀਂ ਕੋਈ ਆਈਡੈਂਟੀਫਿਕੇਸ਼ਨ ਵਾਸਤੇ ਨਾਲ ਨਾ ਲਾਉਂਦੇ ਜੀ, ਹੁਣ ਵੀ ਤੁਸੀਂ ਅਕਾਲੀ ਦਲ ਨਾਮ ਰੱਖਿਆ, ਦਲਜੀਤ ਚੀਮਾ ਹੁਣੀ ਕਹਿੰਦੇ ਨੇ ਵੀ ਇਹ ਗੈਰ ਕਾਨੂੰਨੀ ਆ, ਇਹਨਾਂ ਵੱਲੋਂ ਜਾਣ ਬੁੱਝ ਕੇ ਇਹ ਨਾਮ ਰੱਖਿਆ ਗਿਆ, ਇਹ ਨਾਮ ਅਕਾਲੀ ਦਲ ਨਹੀਂ ਰੱਖ ਸਕਦੇ। ਵੇਖੋ ਇਹ ਗੈਰ ਕਾਨੂੰਨੀ ਜਿਹੜਾ ਇਹ ਬਿਲਕੁਲ ਗੱਲ ਗਲਤ ਕਹਿ ਰਹੇ ਆ ਜੀ, ਗੈਰ ਕਾਨੂੰਨੀ ਕਿਵੇਂ ਆ, ਕਹਿੰਦੇ ਅਕਾਲੀ ਦਲ ਤਾਂ ਪਹਿਲਾਂ ਹੀ ਹੈਗਾ, ਚੀਮਾ ਤੇ ਚੀਮੇ ਦੇ ਆਖਿਆ ਥੋੜਾ ਗੈਰ ਕਾਨੂੰਨੀ ਹੋ ਜਾਣਾ ਜੀ, ਤੇ ਅਸੀਂ ਵੀ ਅਕਾਲੀ ਆ ਜੀ, ਇਹ ਕੋਈ ਕਿਸੇ ਦਾ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਪਰਸਨਲ ਜਾਇਦਾਦ ਨਹੀਂ ਜੀ, ਵੀ ਉਹ ਕੇਵਲ ਬਾਦਲ ਪਰਿਵਾਰ ਦੀ ਜਾਇਦਾਦ ਆ, ਉਹ ਹੀ ਸ਼੍ਰੋਮਣੀ ਅਕਾਲੀ ਦਲ ਨਾਂ ਰੱਖ ਸਕਦਾ ਜੀ, ਅਸੀਂ ਅਕਾਲੀ ਨਹੀਂ ਜੀ, ਸਾਡੇ ਪਰਿਵਾਰਾਂ ਦੀ ਕੁਰਬਾਨੀ ਬਾਦਲ ਪਰਿਵਾਰ ਨੂੰ ਘੱਟ ਹੈ, ਮੈਂ ਤੇ ਕਈ ਵਾਰੀ ਇਹ ਗੱਲ ਚੈਨਲਾਂ ਤੇ ਕਹੀ ਆ ਜੀ ਕਿ ਜਦੋਂ ਮਰਜ਼ੀ ਹਿਸਾਬ ਕਿਤਾਬ ਕਰ ਲਓ, ਮੈਂ ਵੀ ਆਪਣੇ ਬਾਪ ਦਾ ਸਾਰਾ ਜਿਹੜਾ ਚਿੱਠਾ ਲਾਇਆ ਉਹਨਾਂ ਤੇ ਸੁਖਬੀਰ ਵੀ ਲਾਇਆ ਵੇ, ਮੇਰੇ ਬਾਪ ਦੀ ਜੇਲ੍ਹ ਜਿਹੜੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੱਧ ਹੈ, ਜੇ ਹਰ ਪੱਖ ਵੇਖਿਆ ਜਾਏ ਅਸੀਂ ਅਕਾਲੀ ਆ ਜੀ, ਮੈਂ ਆਪ ਜੇਲ੍ਹ ਕੱਟੀ ਆ, ਸੁਖਬੀਰ ਮੈਨੂੰ ਦੱਸੇ ਇਹਨੇ ਕਿੰਨੀ ਕੁ ਜੇਲ੍ਹ ਕੱਟੀ ਆ ਅਕਾਲੀ ਦਲ ਵਾਸਤੇ ਜੀ, ਤੇ ਜੇ ਉਹ ਸ਼੍ਰੋਮਣੀ ਅਕਾਲੀ ਦਲ ਇਹਦਾ ਨਾਂ ਰੱਖ ਸਕਦਾ ਤੇ ਢੀਂਡਸੇ ਨੇ ਜਿੰਨੇ ਬਾਦਲ ਸਾਹਿਬ ਜਿੰਨੀ ਜੇਲ੍ਹ ਕੱਟੀ ਆ, ਅਸੀਂ ਜੇਲ੍ਹ ਕੱਟੀ ਆ, ਮੇਰੇ ਬਾਪ ਨੇ ਜੇਲ੍ਹ ਕੱਟੀ ਆ, ਅਸੀਂ ਕਿਉਂ ਨੀ ਰੱਖ ਸਕਦੇ, ਅਸੀਂ ਅਕਾਲੀ ਦਲ ਵਾਸਤੇ ਕੁਰਬਾਨੀਆਂ ਕੀਤੀਆਂ, ਮੇਰੀ ਹੋਸ਼ ਵਿਚ ਸਾਡੇ ਘਰ ਦੀ 2 ਵਾਰੀ ਕੁਰਕੀ ਹੋਈ ਆ ਜੀ ਸ਼੍ਰੋਮਣੀ ਅਕਾਲੀ ਦਲ ਦੀਆਂ ਮੂਵਮੈਂਟਾਂ ਵੇਲੇ, ਤੇ ਜਿੰਨੀਆਂ ਕੁਰਬਾਨੀਆਂ ਨੇ
ਤੇ ਉਹ ਕੁਰਬਾਨੀ ਵਾਲੇ ਲੋਕ ਕਿਉਂ ਨਹੀਂ ਰੱਖ ਸਕਦੇ ਸ਼੍ਰੋਮਣੀ ਅਕਾਲੀ ਦਲ ਨਾਲ? ਇਹ ਜਿਹੜਾ ਚੀਮਾ ਗੱਲਾਂ ਕਰਦਾ ਇਹਨੂੰ ਪੁੱਛੋ ਤੂੰ ਕਦੋਂ ਦਾ ਅਕਾਲੀ ਆ? ਕੋ ਤੇਰਾ ਬਾਪ, ਕੋ ਤੇਰਾ ਰਿਸ਼ਤੇਦਾਰ, ਕੋ ਤੇਰਾ ਕੋਈ ਅਕਾਲੀ ਹੈ? ਤੂੰ ਕਿੰਨੀ ਜੇਲ੍ਹ ਕੱਟੀ ਅਕਾਲੀ ਦਲ ਵਾਸਤੇ? ਇਹ ਲੋਕ ਆ ਜਾਣ ਕੇ ਅਕਾਲੀ ਦਲ ਤੇ ਕਬਜ਼ਾ ਕਰਕੇ ਬੈਠੇ ਨੇ, ਨਾ ਸੁਖਬੀਰ ਦੀ ਕੋਈ ਕੁਰਬਾਨੀ, ਨਾ ਬਿਕਰਮ ਦੀ ਕੋਈ ਕੁਰਬਾਨੀ ਅਕਾਲੀ ਦਲ ਵਾਸਤੇ, ਨਾ ਹਰਸਿਮਰਤ ਦੀ ਕੋਈ ਕੁਰਬਾਨੀ, ਨਾ ਚੀਮੇ ਦੀ ਕੋਈ ਕੁਰਬਾਨੀ। ਇਹਨਾਂ ਦੀ ਕੀ ਕੁਰਬਾਨੀ ਹੈ ਜਿਹੜੇ ਮਾਲਕ ਬਣੇ ਆ? ਬ੍ਰਹਮਪੁਰਾ ਸਾਹਿਬ ਆਰੋਪ ਲਗਾਉਂਦੇ ਨੇ, ਕਹਿੰਦੇ ਵੀ ਸੇਵਾ ਸਿੰਘ ਸੇਖਵਾਂ ਸਹੁੰ ਖਾ ਕੇ ਅਕਾਲ ਤਖ਼ਤ ਤੋਂ ਭੱਜ ਗਏ ਨੇ। ਕਹਿੰਦੇ ਵੀ ਪਹਿਲਾਂ ਵੀ ਜਦੋਂ ਅਕਾਲੀ ਦਲ ਟਕਸਾਲੀ ਬਣਾਇਆ ਸੀ ਉਦੋਂ ਵੀ ਇਹਨਾਂ ਨੇ ਹੀ ਮੇਰਾ ਨਾਮ ਅੱਗੇ ਹੋ ਕੇ ਲਿਆ ਸੀ। ਕਹਿੰਦੇ ਸੁਣ ਚ ਇਹ ਵੀ ਆ ਰਿਹਾ ਕਿ ਹੁਣ ਢੀਂਡਸਾ ਸਾਹਿਬ ਦਾ ਵੀ ਨਾਂ ਇਹਨਾਂ ਨੇ ਲਿਆ, ਹੋਰ ਪਤਾ ਨੀ ਕਿੰਨੇ ਕੁ ਨਾਂ ਇਹ ਲੈਣਗੇ। ਵੇਖੋ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਜੀ, ਇਹ ਬ੍ਰਹਮਪੁਰਾ ਸਾਹਿਬ ਦਾ ਨਾਮ ਮੈਂ ਲਿਆ ਸੀ, ਜੀ ਮੈਂ ਇਸ ਗੱਲ ਤੋਂ ਮੁਕਰਦਾ ਨਹੀਂ ਜੀ। ਅਸੀਂ ਉਹਨਾਂ ਨੂੰ ਪ੍ਰਧਾਨ ਬਣਾਇਆ, ਮੈਂ ਇਸ ਗੱਲ ਤੋਂ ਕੋਈ ਕੋਈ ਮੁਕਰਦਾ ਨਹੀਂ। ਲੇਕਿਨ ਅਸੀਂ ਉਹਨਾਂ ਨੂੰ ਪ੍ਰਧਾਨ ਮੰਨ ਲਿਆ, ਲੋਕਾਂ ਨੇ ਉਹਨਾਂ ਨੂੰ ਪ੍ਰਧਾਨ ਨਹੀਂ ਚੁੱਕਿਆ, ਨਹੀਂ ਮੰਨਿਆ ਜੀ। ਹੁਣ ਤੁਸੀਂ ਵੇਖਦੇ ਹੋ ਜਿੰਨੇ ਕੁ ਅਸੀਂ ਬੰਦੇ ਤੁਰੇ ਸਾਂ ਉਹਨੇ ਦੇ ਉਹਨੇ ਰਹਿ ਗਏ। ਅੱਛਾ, ਦੂਜੀ ਗੱਲ ਜਿਹੜੀ ਇਹ ਕਹਿੰਦੇ ਆ ਸਹੁੰ ਖਾ ਕੇ, ਕੋਈ ਕਿਸੇ ਨੇ ਸਹੁੰ ਨੀ ਖਾਧੀ, ਅਰਦਾਸ ਕਰਵਾਈ ਆ, ਉਹ ਵੀ ਜਿਹੜੇ ਹੈਡ ਅਰਦਾਸੀਏ ਦਰਬਾਰ ਸਾਹਿਬ ਦੇ ਸੀ ਉਹਨਾਂ ਕੋਲੋਂ। ਤੁਸੀਂ ਉਹਨਾਂ ਕੋਲ ਪੁੱਛ ਸਕਦੇ ਹੋ ਵੀ ਤੁਸੀਂ ਅਰਦਾਸ ਕਿਸ ਗੱਲ ਦੀ ਕੀਤੀ ਸੀ? ਅਸੀਂ ਅਰਦਾਸ ਇਹ ਕੀਤੀ ਸੀ ਕਿ ਜਿਹੜੀਆਂ ਆਹ ਤਿੰਨ ਸਿੱਖ ਸੰਸਥਾਵਾਂ ਨੇ ਇਹਨਾਂ ਦਾ ਬੇੜਾ ਗਰਕ ਬਾਦਲ ਪਰਿਵਾਰ ਨੇ ਕੀਤਾ, ਉਹਨਾਂ ਦੀ ਆਨ ਬਾਨ ਸ਼ਾਨ ਜਿਹੜੀ ਆ ਉਹਦੀ ਬਹਾਲੀ ਵਾਸਤੇ ਅਸੀਂ ਯਤਨ ਕਰਾਂਗੇ। ਇਹੋ ਹੀ ਸਾਡਾ ਅੱਜ ਮਕਸਦ ਆ। ਢੀਂਡਸਾ ਸਾਹਿਬ ਜਿੱਦਣ ਆਪਣੇ ਪ੍ਰਧਾਨ ਅਨਾਊਂਸ ਹੋਇਆ, ਉਹਨਾਂ ਨੇ ਜਿਹੜਾ ਪਾਲਸੀ ਪ੍ਰੋਗਰਾਮ ਦਿੱਤਾ ਉਹਦੇ ਚ ਦੇਖ ਲਓ, ਉਹਨਾਂ ਕਿਹਾ ਆ ਕਿ ਆਹ ਜਿਹੜੀਆਂ ਸੰਸਥਾਵਾਂ ਦਾ ਬੇੜਾ ਗਰਕ ਹੋਇਆ ਅਸੀਂ ਇਹਨਾਂ ਦੀ ਬਹਾਲੀ ਵਾਸਤੇ ਯਤਨ ਕਰਾਂਗੇ। ਜੋ ਅਰਦਾਸ ਅਸੀਂ ਅਕਾਲ ਤਖ਼ਤ ਤੇ ਕੀਤੀ ਸੀ ਉਦਣ ਵੀ ਉਹਦੇ ਤੇ ਪਹਿਰਾ ਦਿੰਦੇ ਸਾਂ, ਅੱਜ ਵੀ ਉਹਦੇ ਤੇ ਪਹਿਰਾ ਦਿੰਦੇ ਹਾਂ। ਫਰਕ ਸਿਰਫ ਇਹਨਾਂ ਤੇ ਬ੍ਰਹਮਪੁਰਾ ਸਾਹਿਬ ਨੂੰ ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਉਹ ਪੰਜਾਬ ਚ ਵਿਚਰੇ ਨਹੀਂ, ਲੋਕਾਂ ਨੇ ਉਹਨਾਂ ਦੀ ਲੀਡਰਸ਼ਿਪ ਪ੍ਰਵਾਨ ਨਹੀਂ ਕੀਤੀ, ਇਸ ਕਰਕੇ ਸਾਨੂੰ ਲੀਡਰ ਬਦਲਣਾ ਪਿਆ। ਪਾਲਸੀ ਪ੍ਰੋਗਰਾਮ ਉਹੀ ਆ ਜੋ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਚੱਲੇ ਸੀ। ਤੁਸੀਂ ਤਾਂ ਬ੍ਰਹਮਪੁਰਾ ਸਾਹਿਬ ਦਾ ਸਾਥ ਛੱਡ ਗਏ, ਉਹ ਬ੍ਰਹਮਪੁਰਾ ਸਾਹਿਬ ਹੁਣ ਇਕੱਲੇ ਰਹਿ ਗਏ ਨੇ। ਹੁਣ ਅਕਾਲੀ ਦਲ ਦੇ ਲੀਡਰ ਵੀ ਉਹਨਾਂ ਦਾ ਹਾਲ ਚਾਲ ਜਾਣਨ ਲਈ ਉੱਥੇ ਪਹੁੰਚ ਰਹੇ ਨੇ PGI। ਕੀ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਬ੍ਰਹਮਪੁਰਾ ਵਾਪਸੀ ਕਰ ਸਕਦੇ ਨੇ ਹੁਣ? ਇਹ ਤੇ ਬ੍ਰਹਮਪੁਰਾ ਸਾਹਿਬ ਦੀ ਮਰਜ਼ੀ ਆ, ਇਹਦੇ ਚ ਮੈਂ ਕੀ ਕਹਿ ਸਕਦਾ ਵੀ ਉਹਨਾਂ ਨੇ ਆਉਣ ਵਾਲੇ ਸਮੇਂ ਚ ਕੀ ਕਰਨਾ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਬ੍ਰਹਮਪੁਰਾ ਸਾਹਿਬ ਮੇਰੇ ਪ੍ਰਧਾਨ ਨੇ, ਮੇਰੇ ਸਤਿਕਾਰਯੋਗ ਨੇ, ਮੇਰੇ ਤੋਂ ਵੱਡੇ ਨੇ। ਮੈਂ ਉਹਨਾਂ ਦੀ ਪਹਿਲਾਂ ਵੀ ਇੱਜ਼ਤ ਕਰਦਾ ਸਾਂ, ਅੱਜ ਵੀ ਕਰਦਾ। ਉਹ ਜੋ ਮਰਜ਼ੀ ਮੇਰੇ ਬਾਰੇ ਕਹਿਣ, ਮੈਂ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦੀ ਆਪਣੇ ਬਜ਼ੁਰਗ ਦੇ ਨਾਤੇ ਉਹਨਾਂ ਦਾ ਸਤਿਕਾਰ ਕਰਦਾ ਰਵਾਂਗਾ। ਤੇ ਉਹਨਾਂ ਨੂੰ ਮੈਂ ਨਿਮਰਤਾ ਨਾਲ ਅਪੀਲ ਕਰਨਾ ਆ ਕਿ ਇਹ ਜਿਹੜੀ ਪੰਥਕ ਏਕਤਾ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਵੀ ਸ਼ਮੂਲੀਅਤ ਕਰਨੀ ਚਾਹੀਦੀ ਆ, ਇਹ ਮੇਰੀ ਉਹਨਾਂ ਨੂੰ ਬੇਨਤੀ ਆ। ਹੁਣ ਤੀਜਾ ਫਰੰਟ ਬਣਾਉਣ ਦੀ ਤਿਆਰੀ ਹੋ ਰਹੀ ਹੈ, ਕੀ ਪਲੈਨਿੰਗ ਹੈ ਤੁਹਾਡੀ ਹੁਣ ਅੱਗੇ, ਪਾਰਟੀ ਦੀ ਕੀ ਰਣਨੀਤੀ ਰਵੇ? ਬਿਲਕੁਲ, ਇਹ ਜੋ ਕੁਛ ਹੋ ਰਿਹਾ ਤੀਸਰਾ ਫਰੰਟ ਬਣਨ ਵਾਸਤੇ ਹੋ ਰਿਹਾ। ਮੈਂ ਅਸੀਂ ਇਹਦਾ ਪ੍ਰੋਗਰਾਮ ਬਣਾਇਆ ਤੇ ਅਸੀਂ ਇਹਦੇ ਆਪਣੇ ਤਿੰਨ ਸਟੈਪ ਬਣਾਏ ਆ ਜੀ। ਪਹਿਲਾਂ ਤੇ ਅਸੀਂ ਜਿਹੜੇ ਲੋਕ ਪੰਥਕ ਸੋਚ ਵਾਲੇ ਆ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਵਾਂਗੇ ਜੀ। ਦੂਸਰਾ ਸਾਡਾ ਜਿਹੜਾ ਅਗਲਾ ਸਟੈਪ ਆ, ਜਿਹੜੇ ਲੋਕ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਪੰਜਾਬ ਪੱਖੀ ਨੇ, ਫਿਰ ਉਹਨਾਂ ਲੋਕਾਂ ਨੂੰ ਨਾਲ ਲਵਾਂਗੇ। ਤੇ ਤੀਸਰਾ ਆਪਣੇ ਸਟੈਪ ਆ, ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਜਿਵੇਂ ਬਹੁਜਨ ਸਮਾਜ ਪਾਰਟੀ ਆ, ਆਮ ਆਦਮੀ ਪਾਰਟੀ ਆ, ਫਿਰ ਅਸੀਂ ਉਹਨਾਂ ਨਾਲ ਵੀ ਐਡਜਸਟਮੈਂਟ ਜਿਹੜੀ ਆ ਮਿਨੀਮਮ ਕਾਮਨ ਮਿਨੀਮਮ ਪ੍ਰੋਗਰਾਮ ਜਿਹੜਾ ਉਹਨਾਂ ਨਾਲ ਲੈ ਕੇ ਤੇ ਉਹਨਾਂ ਨਾਲ ਵੀ ਅਸੀਂ ਆਪਣੇ ਸਹਿਮਤੀ ਕਰਾਂਗੇ। ਕੋਸ਼ਿਸ਼ਾਂ ਬਹੁਤ ਹੁੰਦੀਆਂ ਨੇ ਤੀਜਾ ਫਰੰਟ ਬਣਾਉਣ ਦੀਆਂ, ਪਰ ਇਹ ਨਾਕਾਮਯਾਬ ਹੋ ਜਾਂਦੀਆਂ ਨੇ। ਕਿਹਾ ਜਾਂਦਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਪਾਰਟੀਆਂ ਵੱਲੋਂ ਸਾਥ ਛੱਡ ਦਿੱਤਾ ਜਾਂਦਾ, ਕੀ ਇਸ ਵਾਰ ਇਹ ਤੀਜਾ ਫਰੰਟ ਬਣੇਗਾ? ਮੈਂ ਇੱਕ ਗੱਲ ਕਹਿਣੀ ਚਾਹਾਂਗਾ ਜੀ, ਤੇ ਬਿਲਕੁਲ ਤੁਹਾਡੀ ਗੱਲ ਸੱਚੀ ਆ ਕਿ ਪਹਿਲਾਂ ਜਿਹੜੀਆਂ ਵੀ ਕੋਈ ਐਫਰਟਸ ਹੋਈਆਂ ਨੇ ਉਹ ਕਾਮਯਾਬ ਨਹੀਂ ਹੋ ਸਕੀਆਂ ਜੀ, ਲੇਕਿਨ ਇਸ ਵਾਰ ਇਹ ਕਾਮਯਾਬ ਹੋਣਗੀਆਂ। ਉਹਨਾਂ ਦਾ ਕਾਰਨ ਹੈ ਜੀ ਕਿ ਬਚਾਉਂਦੇ ਨੇ ਹੁਣ ਜੀ ਕਿ ਤੀਸਰਾ ਫਰੰਟ ਬਣੇ ਜੀ, ਕਿਉਂਕਿ ਨਾ ਤੇ ਲੋਕ ਜਿਹੜੀ ਕਾਂਗਰਸ ਪਾਰਟੀ ਆ ਜੀ ਉਹ ਉਹਨੂੰ ਚੰਗਾ ਸਮਝਦੇ ਆ, ਉਹਨਾਂ ਦਾ 3.5 ਸਾਲ ਦਾ ਰਾਜ ਜਿਹੜਾ ਆ
ਉਹਨਾਂ ਨੇ ਬੇੜਾ ਗਰਕ ਕੀਤਾ, ਕੋਈ ਗੱਲਾਂ ਜਿਹੜੀਆਂ ਉਹਨਾਂ ਲੋਕਾਂ ਨਾਲ ਕੀਤੀਆਂ ਸੀ ਇੱਕ ਵੀ ਪੂਰੀ ਨਹੀਂ ਕੀਤੀ। ਲੋਕ ਦੁਖੀ ਹੋਏ ਪਏ ਆ। ਪਰ ਇਹ ਜਿਹੜਾ ਸਫਲ ਅਕਾਲੀ ਦਲ ਜੀ ਆ ਉਹਦਾ ਵੀ ਰਾਜ ਭਾਗ ਲੋਕਾਂ ਨੇ ਵੇਖ ਲਿਆ, ਉਹਦੇ ਤੋਂ ਵੀ ਮੋਹ ਭੰਗ ਹੋਇਆ ਆ। ਜੀ ਲੋਕ ਚਾਹੁੰਦੇ ਆ ਕਿ ਤੀਸਰਾ ਫਰੰਟ ਪੰਜਾਬ ਵਿੱਚ ਬਣੇ, ਜੀ ਇਸ ਕਰਕੇ ਜੀ ਸਾਡੀ ਵੀ ਸਾਰਿਆਂ ਦੀ ਇਹ ਮਨਸ਼ਾ ਆ ਕਿ ਤੀਸਰਾ ਫਰੰਟ ਬਣਨਾ ਚਾਹੀਦਾ, ਜੀ ਪੰਜਾਬ ਦਾ ਬਚਾਅ ਹੀ ਤਾਂ ਵਾ। ਜੀ ਇਸ ਕਰਕੇ ਮੈਨੂੰ ਆਸ ਆ ਕਿ ਇਸ ਵਾਰ ਤੀਸਰਾ ਫਰੰਟ ਜਿਹੜਾ ਕਾਮਯਾਬ ਹੋਏਗਾ। ਜੀ ਬਿਲਕੁਲ, ਲੋਕ ਤਾਂ ਚਾਹੁੰਦੇ ਨੇ ਤੀਸਰਾ ਫਰੰਟ ਬਣੇ ਪਰ ਬਣ ਨਹੀਂ ਨਾ ਪਾ ਰਿਹਾ, ਕਿਉਂਕਿ ਕਈ ਵਾਰ ਸੀਟਾਂ ਤੋਂ ਨਾਰਾਜ਼ਗੀ ਜ਼ਾਹਰ ਹੋ ਜਾਂਦੀ ਹੈ, ਸੀਟਾਂ ਕਰਕੇ ਗਠਬੰਧਨ ਟੁੱਟ ਜਾਂਦਾ ਹੈ, ਜਾਂ ਕਈ ਵਾਰੀ ਹੁਣ ਨਾਮ ਨੂੰ ਲੈ ਕੇ ਵੀ ਇੱਕ ਹੋਰ ਪਾਰਟੀ ਬਣ ਗਈ। ਇਹ ਕਿਵੇਂ ਤੀਜਾ ਫਰੰਟ ਬਣੇਗਾ, ਕਿਵੇਂ ਵੱਖ ਵੱਖ ਪਾਰਟੀਆਂ ਇਕੱਠੀਆਂ ਹੋਣਗੀਆਂ ਕਿਵੇਂ? ਮੈਂ ਤਾਂ ਤੁਹਾਨੂੰ ਕਹਿਤਾ ਵੀ ਪਹਿਲਾ ਸਟੈਪ ਸਾਡਾ ਇਹ ਆ ਵੀ ਪੰਥਕ ਲੋਕ ਇਕੱਠੇ ਕਰਨੇ ਆ, ਜੀ ਫਿਰ ਪੰਜਾਬ ਇਕੱਠੀ ਕਰਨੇ ਆ, ਫਿਰ ਨੈਸ਼ਨਲ ਪਾਰਟੀਆਂ ਵਾਲਿਆਂ ਨਾਲ ਗੱਲ ਕਰਕੇ ਗੱਲ ਮੁਕਾਉਣੀ ਆ। ਹੁਣ ਔਰ ਬ੍ਰਹਮਪੁਰਾ, ਮੈਨੂੰ ਪੂਰੀ ਉਮੀਦ ਆ ਕਿ ਅਸੀਂ ਇਹ ਇਹਦੇ ਚ ਕਾਮਯਾਬ ਹੋਵਾਂਗੇ। ਹੁਣ ਬ੍ਰਹਮਪੁਰਾ ਹੁਣਾਂ ਨੂੰ ਨਾਲ ਲੈ ਕੇ ਆਓਗੇ? ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਅਪੀਲ ਕੀਤੀ ਆ ਜੀ, ਔਰ ਮੈਂ ਅੱਗੇ ਵੀ ਇੱਕ ਚੈਨਲ ਤੇ ਅਪੀਲ ਕੀਤੀ ਆ, ਗਾਹ ਵੀ ਕਰਾਂਗੇ ਕਿਉਂਕਿ ਉਹ ਸਾਡੇ ਸਤਿਕਾਰਯੋਗ ਨੇ, ਅਸੀਂ ਉਹਨਾਂ ਨੂੰ ਨਾਲ ਲੈਣਾ ਚਾਹੁੰਦੇ ਆ, ਉਹਨਾਂ ਦੀ ਅਗਵਾਈ ਚਾਹੁੰਦੇ ਆ। ਜੀ ਸੁਖਪਾਲ ਖਹਿਰਾ, ਸਿਮਰਜੀਤ ਬੈਂਸ ਹੋਣਾ ਵੱਲੋਂ ਵੀ ਤੀਜਾ ਫਰੰਟ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਧਰਮਵੀਰ ਗਾਂਧੀ ਹੋਣੀ ਵੀ, ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਹੁਣ? ਮੈਂ ਜਿਹੜੇ ਪੰਜਾਬ ਅਧਿਆਸ਼ੀਆਂ ਦੀ ਗੱਲ ਕੀਤੀ ਆ ਉਹਨਾਂ ਦੀ ਗੱਲ ਕੀਤੀ ਆ, ਜੀ ਉਹਦੇ ਵਿੱਚ ਖਹਿਰਾ ਸਾਹਿਬ ਨੇ, ਜੀ ਬੈਂਸ ਬ੍ਰਦਰਸ ਨੇ, ਗਾਂਧੀ ਜੀ ਨੇ, ਜੀ ਹਾਂ ਜਿਹੜੇ ਇਸ ਤਰ੍ਹਾਂ ਜਿਹੜੇ ਗਰੁੱਪ ਨੇ ਉਹ ਜਿਹੜੇ ਪੰਜਾਬ ਅਧਿਆਸ਼ੀ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਮੈਂ ਇਹਨਾਂ ਦਾ ਹੀ ਆਪਣੇ ਜ਼ਿਕਰ ਜੀ ਇਹਨਾਂ ਇਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਕੋਈ? ਹਾਂ ਬਿਲਕੁਲ, ਮੇਰੀ ਵੀ ਗੱਲ ਹੋਈ ਆ, ਢੀਂਡਸਾ ਸਾਹਿਬ ਦੀਆਂ ਵੀ ਮੀਟਿੰਗਾਂ ਹੋਈਆਂ ਨੇ, ਜੀ ਪਰਮਿੰਦਰ ਦੀਆਂ ਮੀਟਿੰਗਾਂ ਵੀ ਹੋਈਆਂ ਨੇ, ਔਰ ਇਹ ਗੱਲ ਚੱਲ ਰਹੀ ਆ। ਜੀ ਨਵਜੋਤ ਸਿੰਘ ਸਿੱਧੂ ਦਾ ਵੀ ਕਾਫੀ ਨਾਂ ਸਾਹਮਣੇ ਆਉਂਦਾ ਹੈ, ਨਵਜੋਤ ਸਿੰਘ ਸਿੱਧੂ ਨਾਲ ਵੀ ਤੁਹਾਡੀ ਕੋਈ ਗੱਲ ਹੋਈ? ਨਹੀਂ, ਨਵਜੋਤ ਸਿੰਘ ਸਿੱਧੂ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਜੀ। ਨਵਜੋਤ ਸਿੰਘ ਸਿੱਧੂ ਇੱਕ ਚੰਗਾ ਬੰਦਾ ਮਾੜੀ ਪਾਰਟੀ ਚ, ਜੀ ਜਿੰਨਾ ਚਿਰ ਉਹ ਕਾਂਗਰਸ ਪਾਰਟੀ ਚ ਆ ਉਹਦੇ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ। ਹਾਂ ਜੇ ਉਹ ਕਾਂਗਰਸ ਪਾਰਟੀ ਛੱਡ ਕੇ ਪੰਜਾਬ ਦੇ ਹਿੱਤਾਂ ਵਾਸਤੇ ਮੈਦਾਨ ਚ ਆਉਂਦਾ ਤੇ ਅਸੀਂ ਉਹਨੂੰ ਨਾਲ ਲੈਣ ਨੂੰ ਵੀ ਤਿਆਰ ਹਾਂ, ਉਹਦੇ ਨਾਲ ਜਾਣ ਨੂੰ ਵੀ ਤਿਆਰ ਹਾਂ ਤਾਂ ਕਿ ਪੰਜਾਬ ਦਾ ਕੁਛ ਬਣ ਸਕੇ। ਅਕਾਲੀ ਦਲ ਦਾ ਪਹਿਲਾਂ ਹੀ ਇੱਕ ਸਿੰਬਲ ਹੈਗਾ, ਜੇਕਰ ਤੁਹਾਨੂੰ ਅਕਾਲੀ ਦਲ ਨਹੀਂ ਮਿਲਦਾ ਤਾਂ ਫਿਰ ਨਾਮ ਫਿਰ ਤੋਂ ਚੇਂਜ ਕੀਤਾ ਜਾਏਗਾ ਅਕਾਲੀ ਦਲ ਦਾ? ਦੇਖੋ ਮੈਂ ਜਿਹੜੀ ਗੱਲ ਕੀਤੀ ਆ ਨਾ, ਅਸੀਂ ਉਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਜੀ, ਕਿਉਂਕਿ ਸ਼੍ਰੋਮਣੀ ਔਰ ਅਕਾਲੀ ਦਲ ਪਹਿਲਾਂ ਹੀ ਨਾਂ ਇੱਕ ਹੈਗਾ ਨਾ, ਉਹਦੇ ਤੇ ਫਿਰ ਕਬਜ਼ਾ ਕਿਵੇਂ ਹੋਊਗਾ? ਅਸੀਂ ਕਲੇਮ ਕਰਾਂਗੇ, ਅਸੀਂ ਕੋਈ ਕਿਸੇ ਨਾਲ ਹੱਥੋਂ ਪਾਈ ਨਹੀਂ ਹੋਣਾ, ਲੜਨਾ ਨਹੀਂ, ਜੀ ਲੇਕਿਨ ਅਸੀਂ ਸੰਵਿਧਾਨਕ ਤੌਰ ਤੇ ਕਲੇਮ ਕਰਾਂਗੇ ਕਿ ਜਿਹੜਾ ਆਪਣੇ ਚੋਣ ਨਿਸ਼ਾਨ ਆ ਉਹ ਸਾਨੂੰ ਮਿਲੇ, ਜਿਹੜਾ ਦਫ਼ਤਰ ਆ ਉਹ ਸਾਨੂੰ ਮਿਲੇ, ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਸਲੀ ਆ ਉਹ ਹੁਣ ਸਾਡੇ ਵਾਲਾ ਆ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੀ ਸੇਖਵਾਂ ਸਾਹਿਬ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ, ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।